ਤਾਂ ਮੱਝ ਸਰਈਆ ਮੱਝ ਉਹ ਜਿਹੜਾ ਪਟੇ ਮਾਰਦਾ ਸੀ ਜੁੱਤੀਆਂ ਲਾ ਲਾ ਮਾਰਦਾ ਸੀ ਬਸ ਉਹ ਹੁਣ ਲਕੇ ਲਕੇ ਠੁੰਮ ਕੇ ਮਾਰਦਾ ਮੈਨੂੰ ਖੂਨ ਦਿੱਤਾ ਆਪਣਾ ਤੇਰਾ ਬੇੜਾ ਗਰ ਕਿਉਂ ਹੈ ਤਵਾਫ ਦਾ ਖੂਨ ਲੱਗ ਗਿਆ ਮੈਨੂੰ ਜਦੋਂ ਮੈਨੂੰ ਖੂਨ ਲੱਗ ਰਿਹਾ ਸੀ ਉਦੋਂ ਮੈਂ ਹਲਕਾ ਲਗਾਇਆ ਜਿਜ ਕਰ ਰਿਹਾ ਸੀ ਪਹਿਲੇ ਤੁਹਾਡੀ ਭੈਣ ਚੰਗੀ ਲੱਗਦੀ ਸੀ ਹਾਂ ਹੁਣ ਤੂੰ ਚੰਗਾ ਲੱਗਣ ਲੱਗ ਪਿਆ ਚੱਲ ਕੰਮ ਕਰ ਸਾਰੇ ਦੇਖ ਮੇਰੀ ਗੱਲ ਸੁਣ ਉਹ ਜਾ ਕੰਮ ਕਰ ਲੈ ਉਹ ਮੈਂ ਕਦੀ ਕੱਚੇ ਰੂਟ ਤੇ ਨਹੀਂ ਹੋ ਚੜਿਆ ਜਾਨੀ ਕਿੱਥੇ ਲੈ ਕੇ ਆਵਾਂਗੀ ਨਾ ਕਦੀ ਮੈਂ ਇਸ ਬਾਨੀ ਚਲਾਇਆ ਮੈਨੂੰ ਕਸਮ ਚਕਾ ਲੈ ਮਾਜੂ ਬਾਜੀ ਇਸ ਤਰ੍ਹਾਂ ਲੱਤਾਂ ਵੇ ਮਾਜੂ ਬਾਜੀ ਅੱਲਾ ਦੀ ਕਸਮ ਹੈ ਮੈਨੂੰ ਮੈਨੂੰ ਕਸਮ ਚਕਾ ਲੈ ਮੈਂ ਕਦੀ ਵੀ ਮੈਂ ਤਾਂ ਕੱਚੇ ਪੈਰ ਤੇ ਕਦੀ ਮੰਗਿਆ ਨਹੀਂ ਕੋਈ ਗੱਲ ਨਹੀਂ ਕਸਮ ਚਕਵਾਣੀ ਕਿਉਂ ਹੈ ਨਹੀਂ ਹਜੇ ਵੀ ਹੋਣ ਵਾਲਾ ਸਹੀ ਕਸਮ ਚਕਾ ਲਓ ਹਲਕਾ ਜਿਹਾ ਮਾਜੂ ਹੈ ਇਸ ਤਰ੍ਹਾਂ ਨਾ ਕਰੋ ਮੇਰੀ ਜ਼ਿੰਦਗੀ ਬਰਬਾਦ ਨਾ ਕਰੋ ਜਾਨੂ तू मेरे हाथ पीले करी मैं तेरे कर दियागी शर्मा जो असी फैसला किया कि तेरे अपनी भैन ब्याहे और तू अपनी सारी सिम डिलीट करा एमी तू तो खलो जा लगता कार्टून लगे चलो कोई गल नहीं कोई भी नहीं सही चाचा जी तुसी मेरे कारीगर लगते हो सिर्फ अपनी जिंदगी का डेढ़ घंटा मैं दे दो मैं तुम पौना घंटा दे दिया अच्छा मैनू मैनू कोई इतराज नहीं अपनी चाची ने पूछ ला चाचा जी अभी तो ट्राली चला रहे हो कोई गल जिते ट्राली चला रहे उत्थे करोला भी चलाओ अब चल जा नमकीन सेवियां तो तुम्हारी बद्दुआ ने मेरे मारता है ਤੁਸੀਂ ਦਿਲੋਂ ਬਦਦੁਆ ਦਿੱਤੀ ਅਸੀਂ ਨਾ ਬਦਦੁਆ ਦਈਏ ਨਾ ਤੂੰ ਸਾਡੇ ਘਰ ਆ ਕੇ ਸਾਡੀ ਭੈਣ ਦੇ ਨਾਲ ਬਦਤਮੀਜ਼ੀ ਕਰਨਾ ਸਰ ਤੇ ਮੈਂ ਤੇ ਤੁਹਾਡੀ ਭੈਣ ਨੂੰ ਹੀ ਤੇ ਮੰਗੇ ਲਾ ਮੈਂ ਉਹਨੂੰ ਮੰਗਣ ਤੋਂ ਮਨਾ ਕੀਤਾ ਤੁਸੀਂ ਮੈਨੂੰ ਨੱਚਣ ਤੇ ਲਾਤਾ ਤੂੰ ਸਾਡੀ ਕੁੜੀ ਨੂੰ ਮੰਗਣ ਤੋਂ ਮਨਾ ਕੀਤਾ ਸੀ ਨਾ ਹਾਂਜੀ ਕੈਸੀ ਬਿਮਾਰੀ ਲੱਗੀ ਹੁਣ ਤੂੰ ਆਪ ਥਾਂ ਥਾਂ ਤੋਂ ਮੰਗੇਗਾ ਹਾਏ ਔਰ ਹੁਣ ਤੂੰ ਸਿਰਫ ਪੈਸੇ ਹੀ ਨਹੀਂ ਮੰਗੇਗਾ ਹਾਂ ਨਾ ਤੂੰ ਕਿਸੇ ਕੋਲ ਥਾਂ ਵੀ ਮੰਗੇਗਾ ਤੁਹਾਡਾ ਬੇੜਾ ਹੀ ਕਰ ਕੋਲੇ ਤੁਹਾਡਾ ਕੱਖ ਨਹੀਂ ਰਹਿਣਾ ਜੇ ਤੇਰੀ ਬਦਵਾ ਐਡੀ ਕਰ ਰਹਾ ਮੈਂ ਦਿੰਦੀ ਤੈਨੂੰ ਲੱਗਦੀ ਨਾ ਇਨਸ਼ਾਅੱਲਾ ਤਾਂ ਤੁਹਾਡੇ ਸਾਰੇ ਭਰਾ ਖੁਸਰੇ ਹੋਣ ਕੇ ਕੋਈ ਵੀ ਨਹੀਂ ਤੂੰ ਹੀ ਹੁਣ ਹੋਏਗਾ ਹੁਣ ਕਰ ਹੰਜ ਜੁੱਤੀ ਲਾ ਤੇ ਮਾਰ ਤੈਨੂੰ ਮੈਂ ਵੇਖਾਂ ਉਹ ਤਾਂ ਮੈਂ ਲਾ ਲੈਣੀ ਓਏ ਹੰਨਾ ਬਣੇਗਾ ਮੈਂ ਤੁਹਾਨੂੰ ਸਾਰਾ ਟੁੰਡਾ ਤੇ ਨਹੀਂ ਹੋਇਆ ਅੰਨੀ ਦੇ ਬੱਚੇ ਬਾਹਰ ਆ ਮੈਂ ਤੁਹਾਡੀ ਭੈਣ ਦੀ ਓਏ ਤੜੀਆਂ ਬਦਵਾਵਾਂ ਨੇ ਦੇਖ ਲਓ ਮਾਜੂ ਨੂੰ ਕੀ ਕਰਦਾ ਹੈ ਉਹ ਚੱਲ ਮੰਗੇ ਚੋਰ ਹੁਣ ਹੈ ਯਾਰ ਮੰਗਣਾ ਇਹ ਤਾਂ ਇਹ ਚੰਗਾ ਹੀ ਹੋਇਆ ਨਹੀਂ ਕੋ ਬਿਹਤਰੀ ਹੋਈ ਹੈ ਕੁਝ ਸੇਖ ਸੇਖ ਆਸੀ ਤੇਰੀ ਜ਼ਿੰਦਗੀ ਹਾਂ ਲੋ ਸੇਖ ਸਾਡੀ ਮਾਂ ਬੋਲਦੀ ਲੱਗਦਾ ਹੈ ਇਧਰ ਵਿੱਚ ਨਾ ਬਹੁਤ ਬਹੁਤ ਮਿਹਰਬਾਨੀ ਤੜ ਗਏ ਕਿ ਰਿਕੁਐਸਟ ਕਰਨੇ ਆ ਤੇ ਤੁਸੀਂ ਸਰ ਮਾਜੂ ਨੂੰ ਮਾਫ ਕਰ ਦਿਓ ਉਹਨੂੰ ਮਾਫ ਕਰ ਦਿਓ ਠੀਕ ਹੈ ਬਾ ਉਹਨੇ ਗਲਤ ਕੀਤਾ ਉਹਦੇ ਨਾਲ ਗਲਤ ਹੋ ਗਿਆ ਠੀਕ ਹੈ ਮਾਫ ਕਰ ਦਿਓ ਉਹਨੂੰ ਹੋ ਸਕਦਾ ਅੱਲਾ ਨੂੰ ਠੀਕ ਕਰ ਦੇ ਓਏ ਮਾ ਠੀਕ ਕਰ ਦੇਗਾ ਸਾਡੀ ਭੈਣ ਦੇ ਕੰਮ ਆਣਾ ਉਹਨੇ ਚਲੋ ਜੇ ਤੁਹਾਡੇ ਚ ਬਖੈਰਤ ਮਰ ਗਈ ਆ ਤੇ ਮਿਰਚ ਮਰੀ ਪਈ ਆ ਮੈਂ ਮਾਫ ਕਰ ਦਿੱਤਾ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਆਇਓ ਆਇਓ ਚਲੋ ਮੈਂ ਤੁਹਾਨੂੰ ਛੱਡ ਜਾਵਾਂ ਇੱਥੇ ਇਹ ਸਵਾਗਰਾ ਤਾਂ ਚੱਲ ਦੋਵਾਂ ਘਰ ਮਾਜੂ ਠੀਕ ਹੋਈਏ ਮਾਜੂ ਨਾ ਠੀਕ ਹੋਏ ਤੇ ਮਾਜੂ ਤੇ ਹੋਈ ਜਾਏ ਕਿਸ ਕੰਮ ਦਾ ਹੋਵੇ ਕੌਣ ਵਾਈ ਮਾਜੂ ਤੂੰ ਕਰੀਆ ਨਾ ਉਧਰ ਮਾਜ ਸਮੀਨਾ ਛੱਡਾਂਗੇ अपने भी अगो मंगन आले पैदा करिए ਓਏ ਆਹੋ ਕਿੰਨੀ ਦੇਰ ਤੱਕ ਮੰਗਣਾ ਬੱਚੇ ਜਾਂ ਛੋਟੇ ਬੱਚਿਆਂ ਤੇ ਲੋਕੀ ਜ਼ਿਆਦਾ ਤਰਸ ਖਾਂਦੇ ਨੇ ਨਹੀਂ ਮੈਂ ਆਪਣੇ
ਬੱਚਿਆਂ ਕੋਲ ਮੰਗਵਾਣਾ ਨਹੀਂ ਹੈਗਾ ਸਮਝ ਨਹੀਂ ਆਇਆ ਤੁਸੀਂ ਗੱਲ ਨਾ ਕਰੋ ਉਹਨਾਂ ਨੂੰ ਕੀ ਤੂੰ ਇੱਥੇ ਦੁੱਧ ਛੋਟੇ ਦੀਆਂ ਬੋਤਲਾਂ ਲਵਾਉਣੀ ਮੰਗਣਾ ਹੀ ਮੰਗਣਾ ਹੈ ਉਹਨਾਂ ਨਹੀਂ ਮੰਗਣਾ ਫਕੀਰ ਦਾ ਬੱਚਾ ਫਕੀਰ ਅਮੀਰ ਦਾ ਬੱਚਾ ਅਮੀਰ ਵਜ਼ੀਰ ਦਾ ਪੁੱਤਰ ਵਜ਼ੀਰ ਇਹ ਤੁਹਾਡਾ ਭਰਾ ਨਹੀਂ ਪੜਿਆ ਲਿਖਿਆ ਉਹਨੂੰ ਨਹੀਂ ਉਹਨੇ ਪੜਾਇਆ ਓਏ ਮੂੰਹ ਚ ਪੜਦਾ ਰਹਿੰਦਾ ਤੂੰ ਬੇਫਿਕਰ ਹੈ ਮੈਂ ਆਪਣੇ ਅੱਪੇ ਨਾਲ ਗੱਲ ਕਰਾਂਗਾ ਅੱਜ ਮੇਰਾ ਮੂਡ ਬਹੁਤ ਅੱਛਾ ਹੈ ਅੱਛਾ ਜੁੱਤੀਆਂ ਖਾਣ ਦਾ ਆ ਜਿਹੜੇ ਮੈਂ ਚੌਂਸੇ ਚੂਪਣੇ ਆ ਤੂੰ ਚੂਪ ਲਾ ਕੇ ਮੰਮਾ ਉੱਥੇ ਬਹਿ ਕੇ ਚੀਕਾ ਮਾਰੀ ਜਾਈ ਭੈਣ ਨੂੰ ਨਾ ਸਮਝਾਈ ਆ ਕੇ ਮੇਰੀ ਗੱਲ ਸੁਣ ਲਓ ਹਾਂਜੀ ਇਹ ਤੁਹਾਡੀ ਨਵੀਂ ਪਰਚਾਈ ਕਿਉਂ ਨਹੀਂ ਮੰਗ ਲਈ ਮੰਗ ਨਹੀਂ ਰਹੀ ਹਾਂ ਮੈਨੂੰ ਤਾਂ ਗੁੰਗੀ ਲੱਗ ਰਹੀ ਕੋਈ ਗੱਲ ਹੀ ਨਹੀਂ ਕਰਨ ਦੇਈ ਤੁਸੀਂ ਉਹਨੂੰ ਕਿਦੋਂ ਮੰਗਣ ਵਾਸਤੇ ਭੇਜਣਾ ਅਸੀਂ ਕਿਉਂ ਮੰਗੀਏ ਬਸ ਬਸ ਬਿਲਕੁਲ ਠੀਕ ਕਰ ਰਹੀ ਅੱਬੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਕਿਦੋਂ ਕਰੋਗੇ ਗੱਲ ਸ਼ਾਦੀ ਨੂੰ ਹੁਣ ਇੰਨਾ ਟਾਈਮ ਹੋ ਗਿਆ ਮੇਰੀ ਜਾਨ ਕਿਉਂ ਐਵੇਂ ਜਲਦੀ ਪਾਉਣ ਰਹੀ ਹੈ ਕੀ ਹੋਇਆ ਉਹ ਵੀ ਮੰਗਣਗੇ ਮੰਗਣ ਵਾਲਿਆਂ ਦਾ ਘਰ ਵਿਆਹੀ ਗਈ ਦੇਖਣਾ ਕਿ ਦਿਨ ਤੋਂ ਮੰਗੇਗੀ ਨਾ ਅੱਛਾ ਮੈਂ ਥੱਕ ਗਈ ਹਾਂ ਹੁਣ ਜਿਸ ਦਿਨ ਉਹ ਮੰਗਣ ਜਾਏਗੀ ਉਸ ਦਿਨ ਮੈਂ ਮੰਗਣ ਜਾਵਾਂਗੀ ਮੈਂ ਤੁਹਾਡੀਆਂ ਪਿੰਨੀਆਂ ਦਬਾ ਦਿੰਨਾ ਸਰੋਂ ਦਾ ਤੇਲ ਲਾ ਕੇ ਸੱਚੀ ਹਾਂਜੀ ਹਾਂਜੀ ਮੈਨੂੰ ਤੁਹਾਡੇ ਨਾਲ ਬਹੁਤ ਪਿਆਰ ਹੈ ਅਸਲੀ ਬੱਚੇ ਖਾ ਜਾ ਆਪਣੇ ਹੁਣ ਕੀ ਮਤਲਬ ਹੈ ਨਹੀਂ ਮੈਂ ਵੈਸੇ ਗੱਲ ਕਰ ਰਿਹਾ ਠੀਕ ਹੈ ਤੇ ਪਿਆਰ ਮੀਆਂ ਬੀਵੀ ਚ ਹੋਣਾ ਚਾਹੀਦਾ ਔਰਤ ਤੇ ਮਰਦ ਗੱਡੀ ਦੇ ਦੋ ਪਹੀਏ ਨੇ ਅਸਲਨ ਸਰ ਤੇ ਐਵੇਂ ਫਸਾਇਆ ਵਿੱਚ ਚਲੋ ਫਿਰ ਤੁਸੀਂ ਅੱਪਾ ਜੀ 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 ਅੱਪਾ ਜੀ ਨਾਲ ਗੱਲ ਕਰੋ ਨਾ ਕਿ ਆਪਣੀ ਨੂੰਹ ਨੂੰ ਦੂਸਰੀ ਨਵੀਂ ਨੂੰਹ ਨੂੰ ਵੀ ਭੇਜਣ ਨਾ ਮੈਂ ਉਹਨਾਂ ਨਾਲ ਗੱਲ ਕਰਾਂਗਾ ਆਪਣੇ ਵਾਲਦ ਸਾਹਿਬ ਨਾਲ ਕਿ ਆ ਜਿਹੜੀ ਨਵੀਂ ਮਹਿਲੀ ਦੁਲਹਨ ਆਈ ਆ ਇਹਨੂੰ ਤੁਸੀਂ ਮੰਗਣ ਲਈ ਕਿਉਂ ਨਹੀਂ ਭੇਜਦੇ ਵੀ ਮੇਰੀ ਬੁੱਢੀ ਮੰਗਣ ਨਹੀਂ ਮੇਰੇ ਭਰਾ ਦੀ ਬੁੱਢੀ ਮੇਰੀ ਮਾਂ ਤੱਕ ਮੰਗਣ ਨਹੀਂ ਇਹ ਕਿਉਂ ਨਹੀਂ ਮੰਗਦੀ ਹਾਂ ਜੀ ਜ਼ਰੂਰ ਗੱਲ ਕਰਨੀ ਤੁਸੀਂ ਚਲੋ ਠੀਕ ਹੈ ਮੈਂ ਕਰ ਲਾਂਗਾ ਹੋਰ ਸੁਣਾਓ ਬਾਈ ਜੀ ਅੰਦਰ ਚਲੀਏ ਹਾਂ ਜੀ ਆ ਜਾਓ ਚਲੋ ਤੁਸੀਂ ਮੇਰੀ ਪਿੰਨੀਆਂ ਤੇ ਤੇਲ ਲਗਾਓਗੇ ਨਾ ਮੈਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦੇਣੀ ਹੈ ਛੱਡ ਹਾਂ ਆਇਆ ਯਾਰਾ ਆਇਆ ਬੁਲਾਣਾ ਮੈਂ ਠਹਿਰ ਜਾਓ ਖਲੋ ਇੱਥੇ ਖਲੋ ਜਾਓ ਬੁਲਾਣਾ ਓ ਪੱਪੂ ਏ ਇੱਧਰ ਆਈ ਨਾ ਯਾਰਾ ਵਿਆਹ ਤੇਰਾ ਹੋ ਗਿਆ ਵਿਆਹ ਮੁੱਕ ਗਿਆ ਇਹਨੂੰ ਕੰਮ ਤੇ ਕਦੋਂ ਭੇਜਣਾ ਅੱਬਾ ਜੀ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਇਹਨੂੰ ਨਾ ਭੇਜੋ ਹੁਣ ਇੰਨਾ ਕੁਛ ਤੇ ਆਇਆ ਹੁਣ ਮੰਗੀ ਹੀ ਜਾਣਾ ਹੁਣ ਕੋਈ ਆਪਣੀ ਨਾ ਵੀ ਮੰਗੇ ਦਾ ਤੇਰੀ ਭੈਣ ਮੰਗਦੀ ਹੈ ਤਾਂ ਤੇ ਮੰਗ ਲੈ ਉਸ ਤੇ ਕੀ ਹੋਸੀ ਹੌਸੀ 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 ਕਿਉਂ ਨਾ ਹੌਸੀ ਕੁਛ ਨਾ ਕੁਛ ਤੇ ਹੌਸੀ ਉਹ ਤੇਰੇ ਨਾਲ ਵਿਆਹ ਕਰਨ ਤੋਂ ਪਹਿਲੇ ਕਿਹਾ ਸੀ ਕਿ ਮੰਗੇਗੀ ਇਹ ਉਹਨਾਂ ਨੇ ਗੱਲ ਚੁੱਕੀ ਖਾਣਾ ਖਰਾਬ ਦਿਆ ਪੁੱਤਰਾਂ ਨੇ ਮਨੂਸਾ ਨੇ ਕਿੰਨਾ ਨੇ ਮੇਰੇ ਭਰਾਵਾਂ ਨੇ ਹੋਰ ਕਿੰਨਾ ਨੇ ਭਰਜਾਈਆਂ ਮੇਰੀਆਂ ਨੇ ਕੰਮ ਚੁੱਕਿਆ ਨਾ ਉਹ ਕਹਿੰਦੀਆਂ ਨੇ ਕਿ ਮੰਗੇ ਆ ਤੇ ਉਹ ਮੰਗਦੀਆਂ ਤੇ ਇਹ ਵੀ ਮੰਗੇਗੀ ਆ ਤੇ ਨਹੀਂ ਮੰਗੇਗੀ ਆਪਾਂ ਜਾਨ ਮੁੱਛੇ ਨਹੀਂ ਮੰਗਾ ਜਾਂਦਾ ਅੱਛਾ ਤੇਰੀ ਤੋੜੀ ਹੋਏ ਨਾ ਲੱਤ ਹੋਈ ਨਾ ਇੰਜ ਜਦੋਂ ਇੰਜ ਤੂੰ ਆਪੀ ਮੰਗੇਗੀ ਲੱਤ ਆਈਡੀਆ ਸੋਹਣੀਆਂ ਮੇਰੀਆਂ ਬਾਕੀ ਦੀਆਂ ਨੋਵਾਂ ਨੇ ਉਹ ਮੰਗਦੀ ਤੇ ਇਹਨੂੰ ਕੀ ਹੈ ਮੈਨੂੰ